अब पैसे कितो आए ने। ओ मम्मी तू ही भी ना आंब खाओ गुटरिया ना गिनो ना तू ते फोन कल वापस है किया ना सी तू कहना से मैं फोन वापस है। ओ मम्मी आ फोन हुन बेचन दी लोड नहीं ए फोन हुन अपना हो गया वा मैं दे देते दे सारे पैसे ये हुन फोन मेरा वा सारे पैसे भी छड़े नहीं हां ए हुन फोन मेरा हो गया वा ते आ भी पैसे आ गए तेरी जेब विच भी पैसे ने साहिल तू मैनूं दस कित्थों पैसे आए तेरे कोल। ओ मम्मी तुसीं मैनूं सारे कहंदे रहिंदे सी ना काम लब साहिल ओ मम्मी ती ज्यादा ना सोचो ती ऐसा करो मैनू रोटी बना दो भूख बड़ी लगी है मैं हुन इधर मुंह धोला ठीक है पर मैनू ये दस पुत्र किसी को कर्जा पड़िया ही। ओ मम्मी ज्यादा ना सोचो ती बाहर रोटी बनाओ मैं आ गया मुंह धो के आ गया मैं मम्मी जे तुहाडे को नहीं हिम्मत हैगी ना बनाउण दी मैनू दस दो मैं ऑर्डर कर दिंदा बाहर दस दो हुण मैनू मैं हाथ धोला ये कोई कहानी ते जरूर हैगी इन्ने पैसे ने मैनू भी फड़ाते ने जेब च पैसे ने तो कहता मोबाइल के भी पैसे मैं दे छड़े ने इन्हें कितों पैसे फड़े ने इन इन्हें की किया मम्मी टेंशन लैन की कोई लोड़ नहीं गी वे भरावा कमाउन लग पाया वा वे भरावा मैं तो अपने आप ना ही गल्ला कर कर मैनू तो लगता मैं पागल हो जाना आज मेरे जैसे तो तू नवा ही अब कोई जान नू पा छड़े ही मेरी नू मम्मी वेखी जायो तुहानू आ पैसे ना लद देना मैं ਕੀਆ ਦੀਦੀ ਨਾਲ ਦੀ ਬੈਗ ਵੀ ਲਾਏ ਸਤਿ ਸ਼੍ਰੀ ਅਕਾਲ ਕੀ ਗੱਲ ਹੈ ਸਮੀ ਮੇਰੇ ਮੰਮੀ ਕੁਛ ਨਹੀਂ ਕੀ ਗੱਲ ਕੁਝ ਵੀ ਨਹੀਂ ਗੱਲ ਸਭ ਠੀਕ ਠਾਕ ਹਾਂਜੀ ਹਾਂਜੀ ਠੀਕ ਕਿਵੇਂ ਸ਼ਮੀ ਕੀ ਗੱਲ ਬੱਚੇ ਸ਼ਮੀ ਕੀ ਗੱਲ ਹੈ ਪੁੱਤਰ ਕੁਝ ਨਹੀਂ ਮੰਮੀ ਮੈਂ ਸਦਾ ਲਈ ਆ ਗਈ ਇਸ ਘਰ ਚ ਹੋਰ ਨਹੀਂ ਮੈਂ ਜਾਣਾ ਆਪਣੇ ਸਹੁਰੇ ਸਦਾ ਲਈ ਕੀ ਹੋਇਆ ਕੀ ਆ ਦੀਦੀ ਮੈਨੂੰ ਦੱਸੋ ਕੱਲ ਤੇ ਚੰਗੇ ਭਲੇ ਹੋ ਕੇ ਆਏ ਤੇਰੇ ਘਰੋਂ ਇਹਨੂੰ ਪੁੱਛੋ ਮੰਮੀ ਕੀ ਹੋਇਆ ਵਾ ਦੱਸ ਮੰਮੀ ਨੂੰ ਕੀ ਹੋਇਆ ਕੀ ਹੋਇਆ ਵੇ ਮੈਂ ਕੀ ਕੀਤਾ ਵਾ ਦੱਸੋ ਕੀ ਗੱਲ ਹੈ ਮੈਨੂੰ ਕੀ ਪਤਾ ਵਾ ਕੀ ਹੋਇਆ ਮੈਨੂੰ ਗੱਲ ਤਾਂ ਦੱਸੋ ਕੀ ਹੋਇਆ ਵਾ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਨਹੀਂ ਆ ਮੰਮੀ ਆ ਵੇਖ ਲਓ ਫਿਰ ਮੇਰੇ ਵਿੱਚ ਹੱਥ ਹੋ ਕੇ ਪੈ ਗਿਆ ਦੱਸ ਕੀ ਗੱਲ ਹੋਈ ਹੈ ਕੱਲ ਵੀ ਤੂੰ ਕੁਝ ਦੱਸਣ ਦੱਸਣ ਮੈਨੂੰ ਕਰਦੀ ਪਈ ਸੀ ਤੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਕੀਤੀ ਤੇ ਪਤਾ ਨਹੀਂ ਮੈਨੂੰ ਤੇ ਰਾਤ ਦੀ ਟੈਨਸ਼ਨ ਲੱਗੀ ਵੀ ਕੋਈ ਤਾਂ ਗੱਲ ਦੱਸ ਕੀ ਗੱਲ ਹੈ ਸ਼ਮੀ ਇਹਨੇ ਤੇ ਉੱਥੇ ਮੈਨੂੰ ਰਹਿਣ ਜੋਗੀ ਨਹੀਂ ਛੱਡਿਆਗਾ ਮੈਂ ਦੱਸੋ ਉੱਥੇ ਕੀ ਕਰਾਂ ਭਾਈ ਮੈਂ ਮਰਜਾ ਕੀ ਕਰਕੇ ਆਇਆ ਜਾ ਕੀ ਗੱਲ ਹੋਈ ਦੀਦੀ ਭਾਈ ਨੇ ਕੁਝ ਕਿਹਾ ਤੁਹਾਨੂੰ ਤੁਸੀਂ ਮੈਨੂੰ ਦੱਸੋ ਮੈਂ ਹੁਣੇ ਆਪਣੇ ਦੋਸਤਾਂ ਨੂੰ ਫੋਨ ਕਰਦਾ ਵਾਂ ਵੇ ਤੂੰ ਚੁੱਪ ਕਰ ਸ਼ਮੀ ਟੈਨਸ਼ਨ ਕੋਈ ਗੱਲ ਹੋਈ ਹੈ ਪੁੱਤਰ ਨਹੀਂ ਮੰਮੀ ਵਿਮਨ ਨੇ ਕੁਝ ਕੀਤਾ ਹੈ ਇਦਾਂ ਦਾ ਕੁਝ ਨਹੀਂ ਹੋਇਆ ਤਾਂ ਹੋਇਆ ਕੀ ਦੀਦੀ ਦੱਸੋ ਤੇ ਭਾਈ ਨੇ ਕੁਝ ਕਹਿਣਾ ਤੁਹਾਨੂੰ ਤੈਨੂੰ ਨਹੀਂ ਪਤਾ ਸਾਹਿਲ ਕੀ ਹੋਇਆ ਵਾ ਸ਼ਰਮ ਕਰ ਕੁਝ ਕੀ ਕਰਕੇ ਆਇਆ ਉੱਥੇ ਮੈਨੂੰ ਮਿਲਣ ਵਾਸਤੇ ਗਈ ਨਾ ਮੰਮੀ ਤੇ ਦੋਵੇਂ ਜਣੇ ਆਹੋ ਇਹ ਮੇਰੀ ਉਹ ਤੋਂ ਚੂੜੀ ਕੱਢ ਲਿਆ ਸੌਂਦੇ ਦੀ ਹੈ ਉਹ ਨਹੀਂ ਮੈਂ ਥੋੜੀ ਕੱਢੀ ਆ ਤੇ ਜਿੱਦਣ ਮੈਂ ਇੱਥੇ ਆਈ ਸਾਹਿਲ ਹੋਰ ਸੁਣ ਲੋ ਜਿੱਦਣ ਮੈਂ ਇੱਥੇ ਆਈ ਆ ਇਹਨੇ ਮੇਰੇ ਪਾਸੋਂ ਪੈਸੇ ਕੱਢੇ ਜੇ ਉਹ ਮੰਮੀ ਦੀਦੀ ਮੈਂ ਮਰ ਜਾ ਉਹ ਮੰਮੀ ਯਾਰ ਮੇਰਾ ਤੇ ਵਿਸ਼ਵਾਸ ਕਰ ਲੋ ਮੈਂ ਨਹੀਂ ਕੀਤਾ ਕੁਛ ਕੋਈ ਸ਼ਰਮ ਕਰ ਸਾਹਿਲ ਤੂੰ ਤੇ ਮੈਨੂੰ ਜੀਨ ਜੋਗਿਆ ਨਹੀਂ ਉਹ ਛੱਡਿਆ ਮੈਂ ਤੇ ਕੁਛ ਮਿੰਦੇ ਨਾ ਮੋਰਾ ਲਿਆ ਦੇ ਮੈਂ ਖਾ ਕੇ ਮਰ ਜਾਵਾਂ ਆਪਣੇ ਹੱਥੀ ਮੇਰੀ ਗਿੱਚੀ ਘੋੜ ਛੱਡ ਐਸ ਤੋਂ ਵੱਧ ਹੁਣ ਦੱਸ ਕੀ ਕਰ ਗਿਆ ਤੇ ਕਰਦੂਤ ਕਰ ਰਹਾ ਹੈ ਉੱਥੇ ਰਹਿ ਜੋਗੀ ਮੈਨੂੰ ਛੱਡਿਆ ਜਿਹੜਾ ਮੈਂ ਤੇ ਰਹਾ ਓਏ ਮੈਂ ਮਰ ਜਾਵਾਂ ਕੀ ਕਹਾਂ ਤੇਰੇ ਭਾਜੀ ਨੂੰ ਵੀ ਮੇਰਾ ਭਰਾ ਚੋਰੀ ਕਰਦਾ ਹੈ ਕਿੱਥੇ ਅੱਤਾ ਹੀ ਆ ਮੈਨੂੰ ਤਾਂ ਹੀ ਪੈਸੇ ਫੜਾਉਂਦਾ ਫਿਰਦਾ ਹੀ
ਕਹਿੰਦਾ ਮੋਬਾਈਲ ਦੇ ਪੈਸੇ ਮੈਂ ਦੇ ਆਇਆ ਵਾਂ ਵੇਚ ਕੇ ਆਪਣੇ ਪੈਸੇ ਫੜ ਆਪਣੇ ਪੈਸੇ ਫੜ ਕੰਜਰਾ ਓਏ ਕਿਹਾ ਵੇਚ ਕੇ ਅੱਗ ਲਾਇਆ ਨਾ ਫੜ ਪੈਸੇ ਆਪਣੇ ਰੋਟੀ ਆਰਡਰ ਕਰ ਦਵਾਂ ਖਵਾ ਤਾਂ ਮੰਮੋਰਾ ਖਵਾ ਦੇ ਮੈਨੂੰ ਇਸ ਨਾਲੋਂ ਚੰਗਾ ਮਾਰ ਛੜੀ ਮੈਨੂੰ ਜਿੰਦੇ ਜੀ ਹਾਏ ਰੱਬਾ ਮੈਂ ਕੀ ਕਰਾਂਗੀ ਹੁਣ ਸਾਹਿਬ ਮੈਨੂੰ ਨਹੀਂ ਪਤਾ ਤੈਨੂੰ ਇੰਨੇ ਪਿਆਰ ਨਾਲ ਪਾਲ ਲੈਂਦੇ ਮੈਂ ਤੇ ਆਪਣਾ ਮੂੰਹ ਬੰਨ ਬੰਨ ਕੇ ਤੇਰੇ ਚਾਰ ਇੱਜਾਂ ਪੂਰੀਆਂ ਕਰਦੀ ਰਹੀ ਕਿ ਪਾਪਾ ਸਿਰ ਤੇ ਨਹੀਂ ਹੈ ਤੈਨੂੰ ਕਿਸੇ ਚੀਜ਼ ਦੀ ਕਮੀ ਨਾ ਮਹਿਸੂਸ ਹੋਵੇ ਆਹੀ ਮੈਂ ਤੈਨੂੰ ਕਹਿੰਦੀ ਸਾਂ ਆਹੀ ਮੈਂ ਸ਼ੰਮੀ ਤੈਨੂੰ ਉਦੋਂ ਕਹਿੰਦੀ ਸਾਂ ਤੂੰ ਮੇਰੀ ਗੱਲ ਨਹੀਂ ਸਾਂ ਮੰਨਦੀ ਨਹੀਂ ਮੰਮੀ ਸਾਡੇ ਪਿਆਰ ਦਾ ਦੋਵਾਂ ਦਾ ਮਾਰ ਛੜੀ ਮੈਨੂੰ ਤੇਰੇ ਵਰਗੇ ਮਿਹਨਤ ਕਰਕੇ ਸਾਰਾ ਸਾਰਾ ਪਰਿਵਾਰ ਪਾਲਦੇ ਨੇ ਹਾਂ ਜੇ ਚੋਰੀਆਂ ਕਰਦਾ ਫਿਰਦਾ ਵਾ ਤੇਰੇ ਹੱਥ ਪੈਰਾਂ ਨਹੀਂ ਨਾਲ ਕੋਈ ਕੰਮ ਕਰ ਲਾ ਬਾਹਰ ਆਪਣੀ ਮਾਂ ਨੂੰ ਵੀ ਕਿਤੇ ਬੁੱਢੇ ਬਾਰੇ ਸੁੱਖ ਦੇ ਦੇ ਕਿਤੇ ਭੈਣ ਦਾ ਵੀ ਨਾਂ ਰੋਸ਼ਨ ਕਰ ਦੇ ਤਾਂ ਹੀ ਅਲਮਾਰੀਆਂ ਲੋਕਾਂ ਨੇ ਤੈਨੂੰ ਮੈਂ ਉਹ ਵਿਖਾਇਆ ਵੀ ਸ਼ੰਮੀ ਅਲਮਾਰੀ ਦਾ ਕਿੰਨੇ ਕੁੰਡਾ ਤੋੜਿਆ ਹੋਇਆ ਟੁੱਟਿਆ ਸੀ ਯਕੀਨ ਮੈਨੂੰ ਇਸ ਗੱਲ ਦਾ ਨਹੀਂ ਯਕੀਨ ਕਿ ਸਾਹਿਲ ਇਦਾਂ ਕਰ ਸਕਦਾ ਮੇਰਾ ਦਿਲ ਨਹੀਂ ਮੰਨਦਾ ਤੁਹਾਨੂੰ ਪਤਾ ਜਦੋਂ ਇਹਨੇ ਇੱਥੋਂ ਪੈਸੇ ਕੱਢੇ ਆ ਮੈਂ ਕਿਹਾ ਨਹੀਂ ਮੈਨੂੰ ਉਦੋਂ ਹੀ ਭੁਲੇਖਾ ਪਿਆ ਵਾ ਹਜੇ ਕਿ ਮੈਨੂੰ ਸਰਾਸਰ ਪਤਾ ਹੈ ਕਿ ਤੁਹਾਨੂੰ ਮੈਂ ਕਿੰਨੇ ਪੈਸੇ ਦਿੱਤੇ ਆ ਤੇ ਕਿੰਨੇ ਮੇਰੇ ਪਸਤੇ ਆ ਹਾਏ ਵੇ ਤੈਨੂੰ ਸ਼ਰਮ ਨਾ ਆਈ ਡੁੱਬ ਕੇ ਮਰ ਜਾਂਦਾ ਇਸ ਨਾਲ ਤੁਹਾਨੂੰ ਪਤਾ ਮੰਮੀ ਮੇਰੀ ਜਠਾਣੀ ਨੇ ਵੇਖ ਲਿਆ ਸਾਰਾ ਕੁਝ ਉਹਨੇ ਅੱਜ ਮੈਨੂੰ ਲੜ ਕੇ ਮਿਹਣਾ ਮਾਰਿਆ ਵਾ ਦੱਸੋ ਮੇਰੀ ਕੀ ਇੱਜ਼ਤ ਰਹਿ ਗਈ ਨਾ ਇਹਦੇ ਬਾਜੀ ਨੂੰ ਕੁਝ ਪਤਾ ਸਾਹਿਲ ਕੀ ਕਰ ਛੜਿਆ ਈ ਉਹਦੇ ਫੇਰ ਵੀ ਚੰਗਾ ਵਾ ਸਾਰੀ ਜ਼ਿੰਦਗੀ ਕੁੜੀ ਰੋਏਗੀ ਉੱਥੇ ਮੇਰੇ ਕੀ ਕਰਾਂ ਮੈਂ ਤੇਰਾ ਮੰਮੀ ਮੈਨੂੰ ਬਾਹਰ ਕਰੀ ਮੈਂ ਤੈਨੂੰ ਮਾਰ ਕੇ ਨਾ ਮੈਂ ਆਪਣੇ ਹੱਥ ਨਹੀਂ ਗੰਦੇ ਕਰਨੇ ਹਰ ਮਹੀਨੇ ਮੈਨੂੰ ਖੁਦ ਕਹਿੰਦੇ ਰਹੇ ਜਾ ਕੇ ਪੈਸੇ ਦੇ ਕੇ ਆ ਮੁੰਡੇ ਨੂੰ ਵੀ ਚਾਹੀਦੇ ਨੇ ਤੇਰੀ ਮਾਂ ਨੂੰ ਵੀ ਚਾਹੀਦੇ ਨੇ ਜਾ ਕੇ ਉਹਨਾਂ ਨੂੰ ਪੈਸੇ ਦੇ ਕੇ ਆ ਹੈ ਤੇ ਉਹਨਾਂ ਨੇ ਬੈਗ ਚੁੱਕ ਕੇ ਕਹਿੰਦਾ ਦਫਾ ਜਾ ਇੱਥੋਂ ਉਹਨੂੰ ਕਹੇਗਾ ਚੋਰ ਤੇ ਕਰ ਜਾ ਹਾਂ ਜਾ ਚੋਰ ਤੇ ਕਰ ਜੀ ਜੀ ਘਟੋ ਘਟ ਦੇ ਹੀ ਇੱਕ ਮਿੰਟ ਮੌਕਾ ਦੇ ਦਿਓ ਮੈਂ ਸਾਰੇ ਕੰਮਾਂ ਛੱਡ ਦੂੰਗਾ ਕਾਹਦਾ ਮੌਕਾ ਸਾਹੀ ਮੇਰਾ ਵੀ ਛੱਡਿਆ ਹੀ ਮਗਰ ਜਿਹੜਾ ਤੈਨੂੰ ਮੈਂ ਮੌਕਾ ਦਵਾਂ ਮੇਰਾ ਤੇ ਘਰ ਉੱਜੜ ਗਿਆ ਨਾ ਮੈਂ ਕਿੱਥੇ ਜਾਊਂਗੀ ਹੁਣ ਦੱਸ ਸਾਹਿਲ ਮੈਂ ਸ਼ਮੀ ਮੰਮੀ ਬਸ ਮੈਨੂੰ ਮੰਮੀ ਨਹੀਂ ਕਹਿਣਾ ਮੈਨੂੰ ਨਹੀਂ ਕਹਿਣਾ ਤੂੰ ਮੇਰਾ ਕੁਛ ਨਹੀਂ ਲੱਗਦਾ ਮੈਂ ਤੇ ਸ਼ਾਨ ਨਾਲ ਕਹਿੰਦੀ ਸੀ ਮੇਰਾ ਭਰਾ ਵਾ ਛੋਟਾ ਦੀਦੀ ਦੀ ਮੰਮੀ ਨੇ ਸਮਝਾਓ ਨਾ ਕੀ ਕਹੀ ਜਾਂਦੇ ਆ ਤਾਂ ਮੈਨੂੰ ਇੱਕ ਮੌਕਾ ਦੇ ਦਿਓ ਮੈਨੂੰ ਨਹੀਂ ਕੁਛ ਕਹਿਣਾ ਤੂੰ ਬਸ ਮੈਨੂੰ ਦੱਸ ਮੈਨੂੰ ਕੁੜਮਾਚਾਰੀ ਤੂੰ ਕੀ ਕਰ ਛੜੇ ਮੇਰਾ ਹਾਲ ਮੈਂ ਕੀ ਮੂੰਹ ਮੁਖਾਵਾਂਗੀ ਉਹਨਾਂ ਨੂੰ ਨਾ ਮੇਰੀ ਵੱਲੋਂ ਗੱਲ ਨਹੀਂ ਮੈਨੂੰ ਨਾ ਬਲਾ ਬਸ ਮੈਂ ਤੇਰੀ ਭੈਣ ਨਹੀਂ ਅੱਜ ਤੋਂ ਬਾਅਦ ਤੂੰ ਤੇ ਮੇਰਾ ਘਰ ਬਰਬਾਦ ਕਰ ਦਿੱਤਾ ਮੇਰੇ ਤੇ ਮਗਰੋਂ ਲੈ ਜਾ ਮੇਰੇ ਮਗਰੋਂ ਲੈ ਜਾ ਭਰਾਵਾ ਮੇਰੇ ਮਗਰੋਂ ਮੇਰੀ ਜਾਨ ਛੱਡ ਦਿਓ ਮੰਮੀ ਮੈਨੂੰ ਖਾ ਗਏ ਹੋ ਵੇਖੋ ਮੇਰੀ ਗੱਲ ਸੁਣੋ ਬਸ ਆ ਅਖੀਰਲੀ ਗਲਤੀ ਆ ਇਸ ਤੋਂ ਬਾਅਦ ਜੇ ਕੁਝ ਤੂੰ ਮੈਨੂੰ ਮਾਫ ਕਰ ਦੇ ਭਰਾ ਤੂੰ ਮੈਨੂੰ ਮਾਫ ਕਰ ਦੇ ਤੂੰ ਕਹਿੰਦਾ ਨਾ ਤੁਸੀਂ ਉਹਦੀ ਜ਼ਿੰਦਗੀ ਬਣਾਈ ਹੈ ਤੁਸੀਂ ਉਹਨੂੰ ਸਭ ਕੁਝ ਦਿੱਤਾ ਜਾ ਭਰਾ ਤੂੰ ਮੈਨੂੰ ਮਾਮਿਆ ਤੇਰੇ ਕੋ ਮਾਫੀ ਮੰਗੇ ਤੂੰ ਮੈਨੂੰ ਮਾਫ ਕਰ ਦੇ ਭਰਾਵਾ ਮੈਨੂੰ ਮਾਫ ਕਰ ਦੇ ਕੁੜੀ ਨੂੰ ਦੱਸ ਉਹਦਾ ਤੇ ਘਰ ਰੋਲ ਛੜੇ ਬਰਬਾਦ ਕਰਤੀ ਉਹਦੀ ਜ਼ਿੰਦਗੀ ਤੂੰ ਅੱਜ ਤੋਂ ਬਾਅਦ ਜਿੰਨੀ ਤਨਖਾਹ ਹੋਗੀ ਨਾ ਤੂੰ ਫੜ ਲਿਆ ਕਰ ਉਹਨਾਂ ਨੇ ਤੇ ਮੈਨੂੰ ਘਰੋਂ ਕੱਢ ਹੀ ਦਿੱਤਾ ਪਰਿਵਾਰ ਤੇ ਮੇਰਾ ਉੱਜੜ ਗਿਆ ਹੁਣ ਜਿਹੜਾ ਉੱਜੜ ਗਿਆ ਹੁਣ ਮੈਂ ਇੱਥੋਂ ਜੋਗੀ ਆ ਇਹਨੂੰ ਮੈਂ ਨੌਕਰੀ ਦਵਾ ਦਿੰਦੀ ਇਹਦੇ ਹਾਈ ਤੂੰ ਚੋਰ ਬਣ ਗਿਆ ਓ ਤੈਨੂੰ ਸ਼ਰਮ ਨਹੀਂ ਆਂਦੀ ਤੂੰ ਤੇ ਕੱਲ ਨੂੰ ਘਰ ਦੇ ਭਾਂਡੇ ਵੇਚਣ ਲੱਗ ਪੈਗਾ ਵੇਚੇ ਸ਼ੁਰੂ ਕਰਤੇ ਹੋਏ ਨੇ ਮੈਂ ਕਿਹਨੀ ਉਹ ਚੀਜ਼ ਨਹੀਂ ਮੈਨੂੰ ਲੱਭਦੀ ਪਈ ਉਹ ਚੀਜ਼ ਨਹੀਂ ਮੈਨੂੰ ਲੱਭਦੀ ਪਈ ਲੱਭਨੇ ਕਿ ਤੂੰ ਹੁੰਦੇ ਮੈਨੂੰ ਹੁਣ ਨਾ ਕਰ ਲੱਗ ਦੇਗਾ ਤੂੰ ਮਾਂ ਨੂੰ ਗੁੱਡੇ ਵੇਲੇ ਬਾ ਮੈਨੂੰ ਇੱਕ ਮੌਕਾ ਦੇ ਦੋ ਦੀਦੀ ਹਾਏ ਹਾਏ ਵੇ ਸਾਹਿਲ ਕਿੱਥੇ ਤੇਰੀ ਤੇਰੀ ਯਾਰੀ ਦੋਸਤੀ ਖਾ ਗਈ ਤੈਨੂੰ ਆ ਤੇਰੀ ਸੋਸਾਇਟੀ ਤੇ ਮੈਂ ਕਹਿੰਦੀ ਸੀ ਤੇਰੀ ਸੋਸਾਇਟੀ ਮਾੜੀ ਹੈ ਤੇਰੀ ਸੋਸਾਇਟੀ ਮਾੜੀ ਉਹਨੇ ਅਮਨ ਉਹਨੇ ਰਾਜੂ ਨੇ ਕਿਹਾ ਤੈਨੂੰ ਨੌਕਰੀ ਲਵਾ ਦਿੰਦੇ ਆ ਚੰਗੀ ਕੰਪਨੀ 'ਚ ਮੈਂ ਤੇ ਨਹੀਂ ਕਰਨਾ ਕੰਮ ਇਹ ਕਰੀ ਇਹ ਮੁੰਡੇ ਨੇ ਹਾਮੀ ਨਹੀਂ ਭਰੀ ਕਿ ਭਾਜੀ ਮੈਨੂੰ ਲਵਾ ਦੋ ਤੂੰ ਕਿਤੇ ਕਿਤੇ ਕੰਮ ਉਹਨੇ ਫਿਰ ਵਿਚਾਰੇ ਨੇ ਕਿਹਾ ਮੈਨੂੰ ਨੌਕਰੀ ਲਵਾ ਦੇਣਾ ਵਾ ਮੈਂ ਆਪਣਾ ਪਰਿਵਾਰ ਤੋਰਨਾ ਵਾ ਨਹੀਂ ਮੰਮੀ ਹੁਣ ਤੁਸੀਂ ਜਿੱਥੇ ਕਹੋਗੇ ਨਾ ਮੈਂ ਉੱਥੇ ਕੰਮ ਕਰੂੰਗਾ ਬਸ ਮੇਰੀ ਆ ਮੈਂ ਤੈਨੂੰ ਕੁਛ ਨਹੀਂ ਕਹਿੰਦੀ ਤੂੰ ਮੈਨੂੰ ਕਿਤੇ ਭਾਂਡੇ ਧੋਣ ਤੇ ਸ਼ਮੀ ਮੈਨੂੰ ਕਿਤੇ ਭਾਂਡੇ ਧੋਣ ਤੇ ਯਾਰਾਂ ਨੂੰ ਕਰ ਲੈ ਖੁਸ਼ ਪਰਿਵਾਰ ਤੇਰਾ ਭਾਵੇਂ ਸਾਰਾ ਰੁੱਲ ਜੇ ਨਹੀਂ ਨਹੀਂ ਦੀਦੀ ਤੁਸੀਂ ਜਿਹੜਾ ਵੀ ਕੰਮ ਕਹੋਗੇ ਨਾ ਭਾਵੇਂ ਮਾੜਾ ਹੋਵੇ ਚੰਗਾ ਹੋਵੇ ਮੈਂ ਨਾ ਨਹੀਂ ਕਰੂੰਗਾ ਮੈਂ ਜਿੱਥੇ ਵੀ ਹੋਵੇ ਮੈਂ ਕੰਮ ਕਰਨ ਨੂੰ ਤਿਆਰ ਆ ਦੱਸ ਸਾਹਿਬ ਜੋ ਤੇਰੀ ਰੈਪੂਟੇਸ਼ਨ ਬਣ ਗਈ ਕਿਹੜੀ ਕੁੜੀ ਤੇਰੇ ਨਾਲ ਵਿਆਹ ਕਰਾਊਗੀ ਮੈਨੂੰ ਇੱਕ ਵਾਰੀ ਦੱਸ ਦੇ ਸਹੀ ਤੂੰ ਵਿਆਹ ਦੀ ਗੱਲ ਕਰਦੀ ਦੀ ਅੱਗੇ ਇਹਦਾ ਵਿਆਹ ਕਰਨਾ ਜੀ ਇਹਦਾ
मैं तो भरावा तेरे नाल भी कोनी हो रहना हूं सारी मेरी आस छड़ के उन्हें पालिया सानू मेरी आस छड़ के मैं होश संभाली ते मैं मेहनत करती रही तू मास ही ना दित्ता वा साडे प्यार दा सानू तू एक करी नहीं सोचया कि मेरी बहन उस घर चो मेने मिलनगे वो की करूगी की इज्जत रह जूगी ओदी उस परिवार च आज तो बाद ना तेनु कोई काम करन दी लोड़ नहीं मैं इथे कमावांगी ते तू मेरे बहन दे आश करी लगी समझ दीदी इदां ना कहो प्लीज देखो मेरी गल सुनो मेरे को बड़ी बड़ी गलती होगी मैं मानता हूँ प्लीज मैंने एक मौका दो यार साहिल तेरे लिए सौखा है सारा कुछ मेरा तो बस अब साया घर जाड़ के रखता ही ना तू एक कर ही नहीं सोचे दीदी मैंने सिर्फ एक मौका दो मैं सारा कुछ सही कर दूंगा की सही कर देगा साहिल जेडी इज्जत गवाली हूँ मेरी थी अपनी वो वापस ले आ सकता वा उस मां की बोल वो वापस ले आ सकता वा वाह दीदी हूँ थोड़ा टाइम दो जो मर्जी कर हुण तेरी मर्जी है जो करना कर बस जो होना ही ना हो ते हो गया उन्हें कितने उड़ गई तफान दो मम्मी मेरे सामने तो ना ना लो करन दिया होगा यारा बिलियन फोन हुण कितने डाका मारना वा शमी मम्मा ने तेरी कुछ किया तेनू मेनू सच्ची दस की करो की किया तेनू मैं तुम एक गल दसना चाहनी थानू पता मेरी जठानी ने सारे सामने मेनू मेहना मारिया कहती भरा चोर है अलमारी चो चूड़ी कढ के लै गया तेनू पता मेनू कि शर्म आई मम्मी जी भी उत्थे खलोते ही वो तो शुक्र करो कि मेनू इन्ना तो उन्हें बहुता नहीं मंदा चंगा किया कहते तू नहीं ध्यान रखिया तेरी चीज है इतने कितने होनी देख इतने कितने होनी देख मेनू कितने मम्मी कुछ लभा मैं शर्मिंदे वांगू लमारी बोलदी रही उन्हें फिर सीधा ही कहता कहती तेरा भरा लै गया चूड़ी कढ के इतों तेनू की लभना इतों मैं सोच भी नहीं सकती मम्मी मेरे घरे जाके इदां करूगा मुंह खाण जोगी नहीं रही शर्मी उन्हां नूं मैं कड़ा मुंह लैके तेरी सस दे सामने आवांगी हाए ओह तेनी इज्जत करदी हत्थां च चुक लैंदी है मैं की कहांगी उहनूं हुण मैं की करांगी चलो मम्मी तो ही ना बहुती टेंशन लो कोई हाल सोच दे की करना बुखार ही काके नहीं नहीं दवाई ले ही बुखार नहीं है ठीक है मैं कोई हाल नहीं मेरा मन नाल गल कर नहीं नहीं मम्मी रहन दो तुसी कोई गल नहीं अपन इस वेले बड़े गुस्से च उन्होंने तुहाडे नाल कोई गल नहीं करनी तेरी सस नूं फोन कर नहीं मम्मी हजे कुछ ना करियो तुसी चुप कीते रहो हले आपे कुछ दिन पै के सारा मामला ठंडा हो चुका मम्मी मेनू की पता है मेरे प्यार दा गलत मतलब कड्डूगा है तू फेर आ गया अपनी यारी दोस्ती विच इन्ना ही इन्ना हो गया कि नजायज चीजा वेखा वखाई दे मेनू कुछ सोचता ही नहीं मेनू बस ये होंदा कि हां बस मैं पैसे लै जा ते मैं अपनी रब वर्गी भैन जिन्हें मेरे हर एक चीज में मेरा साथ दिता कभी मैंने कहे पैसे तो ना नहीं की मैं ओरी बेइज्जती कराई सहुरे परिवार तो दीदी मैं तुम्हें कहना वा मैं जाके भाई को माफी मांग लेना मैं उन्होंने पैरी पै जाऊंगा मेरे को बहुत वड्डी गलती हो गई दीदी बस मैंने एक बार माफ कर दो मम्मी मैं ढाडी बड़ी बेइज्जती कराई आ जिस उम्र तुम सुख देना चाहिए सी ना उस उम्र मैं तुम दुख ही दुख दिते आ ਤੁਸੀਂ ਦੋਵੇਂ ਮੇਰੇ ਕਰਕੇ ਨਾ ਬਹੁਤ ਹੀ ਜ਼ਿਆਦਾ ਦੁਖੀ ਰਹੇ ਜੀ ਆ ਸਭ ਤੋਂ ਵੱਡਾ ਦੁੱਖ ਦਿੱਤਾ ਹੀ ਮੈਨੂੰ ਉਹਦੇ ਸੂਰਿਆਂ ਦੇ ਘਰ ਜਿਹੜੀ ਉਹਦੀ ਮਿੱਟੀ ਪਲੀਤ ਕਰਾਈ ਆ ਨਾ ਸਾਹਿਲ ਪੱਕਾ ਤੂੰ ਅੱਗੇ ਤੋਂ ਬਾਅਦ ਕਦੀ ਇਦਾਂ ਦਾ ਕੰਮ ਨਹੀਂ ਕਰੇਗਾ ਮੈਂ ਦੀਦੀ ਕਿ ਜਿੱਥੇ ਮੈਨੂੰ ਕੰਮ ਮਿਲੂਗਾ ਨਾ ਮੈਂ ਸਿਰਫ ਨੌਕਰੀ ਕਰੂੰਗਾ ਮੈਂ ਫੋਨ ਵੀ ਵੇਚਦਾ ਆਪਣਾ ਮੈਨੂੰ ਕੋਈ ਲੋੜ ਨਹੀਂ ਐਸੇ ਫੋਨ ਦੀ ਜਿੰਨਾ ਮੇਰੇ ਘਰਦਿਆਂ ਦੀ ਬੇਇੱਜ਼ਤੀ ਹੋਵੇ ਮੇਰੇ ਘਰਦਿਆਂ ਨੂੰ ਗੱਲਾਂ ਸੁਣਨੀਆਂ ਪੈਣ
मैं बिना फोन तो रह लूंगा दीदी। साही वेला तुहाडा एको ही सहारा मम्मी दा भी ते मेरा भी, तेनू पता ही है तियां नू किन्नी आस हुंदी है पेकियां तो, जदों उहनां दे भरा इदां करदे है ना वो किते नक दी जोगियां नहीं रहिंदियां। मेरा बाऊ अज तो बाद इदां दा कोई काम ना करे जिहदे नाल तेरी मां नू ते भैण नू शर्मिंदगी महसूस होवे। अज तो बाद मेहनत करी ते कमाई करके खावी। मेहनत ही थोड़ी खा लै, भुखा रह लै एक टाइम, फिर की हो गया? अपने तो नीवे वल वेखो, उच्चे वाल ना वेखो। वेख साढ़े पापा की किन्नी इज्जत ही, उन्होंने अपनी दसा नूहां की किरत की ही ना, फिर तू क्यों इदा कर दिया वा, क्यों कर दा ना रोशन कर दिया इदा, समझदा पिया ना मेरी गल्लां नू? हाँ जी हाँ जी दीदी, इदा कर दे हां आपां चलदे हां, मैं तुहानू छड्ड के आना उत्थे। नसीहत दे ली ना, इना करना बहुत जरूरी है। सारे मेरे घर दे पता वा कि इन्हे इदा चोरी की, पर मेनू किसी ने घरों जान नू नहीं कहा कि बैग लै जा ते इत्थों निकल जा, इदा किसी ने नहीं कहा। ते तू अपनी मर्जी ना लाई हुई। मम्मी मैनू सुधारन वास्ते इदा किया कि जो इन पता लगेगा ना कि मेरी भैन का घर उजड़न दिया वा, इन थोड़ी बहुत अकल आ जूगी। मैं ते तां सारा कुछ किया ते मेरे हिसाब नाल अकल आ भी गई है। हाँ दीदी, मैं कदी भी नहीं हूँ अपनी यारी दोस्ती करके ना नजायज खर्चे करूंगा, मैं तो सगो काम करूंगा जेड़ा भी तुम कहोगे। वेख साहिल अज तो इदा नहीं होया, जे तू फिर इदा करता ते तेनू पता ही आ सोहरिया का कोई पता वा, मुड़के मैनू बैग चुके आंदे जा इत्थों, तेरा ते चोर भरा इत्थे मान नहीं हैगा ते तू ही निकल इत्थों, समझदा पिया ना? आउण वाला समला समा साडे लई खतरे वाला हो सकदा है। हां दीदी इदां दी गलती कदी भी दोबारा जिंदगी विच कदी भी नहीं होगी। हुण कन्न फट, अज तो बाद तू कदी भैन दे सोहरिया की इज्जत सिर मत्थे ते रखेगा। हां जिहड़ा भरा हुंदा ना इह प्यो हुंदा ही, तू अपने आप नूं उहदा भरा ना कह, ਉਹਦਾ ਪਿਓ ਸਮਝ ਕਿ ਪਿਓ ਕਿਵੇਂ ਆਪਣੀ ਕੁੜਮਾਚਾਰੀ ਚ ਇੱਜ਼ਤ ਰੱਖਦਾ। ਨਾਲੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਾ, ਇੱਕ ਤੇਰੇ ਦਿਮਾਗ 'ਚ ਆਹ ਚੀਜ਼ ਘਰ ਕੀਤੀ ਹੈ ਨਾ ਕਿ ਇਹਨੇ ਮੇਰੀ ਨੌਕਰੀ ਲਈ ਹੈ, ਜੇ ਤੂੰ ਉਦੋਂ ਪੜ੍ਹਿਆ ਲਿਖਿਆ ਹੁੰਦਾ ਤੇ ਤੈਨੂੰ ਮੈਂ 100 ਵਾਰੀ ਕਿਹਾ ਕਿ ਨੌਕਰੀ ਤੂੰ ਕਰ ਲੈਂਦਾ, ਨਾਲੇ ਜੇ ਮੈਂ ਨੌਕਰੀ ਲੈ ਹੀ ਲਈ ਆ ਤੁਹਾਡਾ ਕਿਹੜਾ ਖਰਚਾ ਨਹੀਂ ਮੈਂ ਕਰਨ ਦੀ, ਜਿੱਥੇ ਲੋੜ ਪਊਗੀ ਮੈਂ ਉੱਥੇ ਹਾਜ਼ਰ ਹਾਂ। ਨਹੀਂ ਦੀਦੀ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਇੱਦਾਂ, ਉਹ ਮੈਂ ਆਪਣੇ ਯਾਰਾਂ ਦੋਸਤਾਂ ਦੀ ਚੁੱਕਣਾ ਵਿੱਚ ਆ ਕੇ ਤੁਹਾਨੂੰ ਇੱਦਾਂ ਕਹਿ ਬੈਠਾ। ਹੁਣ ਕੋਈ ਯਾਰ ਦੋਸਤ ਤੇਰਾ ਨਹੀਂ ਹੋਣਾ ਚਾਹੀਦਾ। ਮੈਂ ਕਿਤੇ ਵੀ ਨਹੀਂ ਜਾਇਆ ਕਰਨਾ ਮੰਮੀ, ਕਿਹੇ ਯਾਰ ਦੋਸਤ ਨਾਲ ਯਾਰ ਦੋਸਤ ਬਣਾਓ, ਕਮਾਈ ਕਰ ਤੇ ਆਪਣਾ ਘਰ ਬਾਰ ਸਵਾਰ, ਆਪਣੀ ਮਾਂ ਨੂੰ ਸੁੱਖ ਦੇ ਤੇ ਵਿਆਹ ਕਰਾ, ਆਪਣਾ ਪਰਿਵਾਰ ਵਸਾ। ਠੀਕ ਆ ਦੀਦੀ, ਹੁਣ ਤੇ ਜਿਵੇਂ ਕਹੋਗੇ ਉਵੇਂ ਹੀ ਹੋਊਗਾ। ਹਾਂ ਠੀਕ, ਚਲੋ ਹੁਣ ਅਸੀਂ ਇਹਨੂੰ ਘਰ ਛੱਡ ਕੇ ਆਈਏ। ਹਾਂਜੀ ਹਾਂਜੀ, ਕੋਈ ਗੱਲ ਨਹੀਂ ਮੰਮੀ ਮੈਂ ਆਪੇ ਚੱਲ ਜਾਣਾ। ਨਹੀਂ ਪੁੱਤ ਨਹੀਂ ਨਹੀਂ, ਮੰਮੀ ਤੁਹਾਨੂੰ ਪਤਾ ਉਹਦੇ ਇੰਨੇ ਚੰਗੇ ਆ, ਉਹਨਾਂ ਨੇ ਆਖਿਆ ਸੀ ਇਹਨੂੰ ਸਮਝਾ ਕੇ ਆ ਜਾ ਕੇ, ਇਹੋ ਜਿਹੀ ਕੋਈ ਗੱਲ ਨਹੀਂ। ਪੰਜਾਬ ਕੋਲ ਤਾਂ ਮਾਫੀ ਮੰਗਣੀ ਹੈ ਮੈਂ ਨਹੀਂ ਚੱਲ ਕਰ। ਨਹੀਂ ਪੁੱਤ ਹੱਸਦੇ ਆਓ ਦੋਵੇਂ ਜੀ, ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਘਰ ਹੈ, ਪਰ ਐਵੇਂ ਨਹੀਂ ਚੱਲ ਕੇ ਬੱਚਾ। ਕੋਈ ਗੱਲ ਨਹੀਂ, ਕਰੀ ਨੂੰ ਮੈਂ ਲੈ ਜਾਨੀ ਤੇ ਮਾਫੀ ਮੰਗ ਲੇਗਾ। ਚੱਲ ਜਾ ਕੇ ਅਮਨ ਅੱਗੇ ਹੱਥ ਜੋੜ ਕੇ ਉਹਦੀ ਮੰਮੀ ਅੱਗੇ ਸਾਰੇ ਕੋਲ ਮਾਫੀ ਮੰਗ, ਕੋਈ ਸ਼ਰਮ ਨਹੀਂ ਸਾਨੂੰ, ਸਾਨੂੰ ਕਦੀ ਸ਼ਰਮ। ਠੀਕ ਆ ਮੰਮੀ ਚਲੋ ਚੱਲੀਏ, दुध हैगा ही अज।